आ तस्वीरां तुहाडे सामने आ जी। आ ठीक 100 मीटर पिछे पुलिस दा नाका लगा होया। पंजाब पुलिस बाकियां दीआं दुकानां बंद करवा रही है, इन्हां नूं धनाड़ां नूं क्यों नहीं नत्थ पा रही? सर जी पंजाब पुलिस नाल मिल के हो रहे हो? मैं कहिंदा पंजाब पुलिस दी शहर ते खो रहे हो तुसीं। ठेका तां खुल्ला आ, दारू विकदी आ। मतलब जिहड़ा दिहाड़ीदार बंदा आ उह कित्थे जाएगा? इन्हां दा तां कम चल रिहा, धंधा वही चल रिहा। मैं तां कहूंगा कि पंजाब पुलिस दी शहर तों बिना पत्ता वी नहीं हिल सकदा। ते जे उहनां दी शहर ना होवे, जे उहनां दी भाईबंदी ना इहदे विच होवे, ये ठेके हो ही नहीं सकता कि खुल जाण। शनिवार नूं पूर्ण तौर ते लॉकडाउन है, ठेके शरेआम खुले हुए है। कोई है जवाब तुहाडे कोल? गलती हो गई। चौंकी इंचार्ज अलावलपुर नूं फोन लाउण दी कोशिश करांगे। किसी भी तरह की दुकान खुली है तो डंडे मार दे, तुसीं बंद कराउंदे हो, रेहड़ी फड़ी वालिआं ते रोह पाउंदे हो। कदी तुसीं मिर्चां वाली दी, कदी दर्जी दा चलान कट्टी जांदे हो, पर इहनां दा चलान कौन कट्टेगा? हैलो, सत श्री अकाल जी। चौंकी इंचार्ज अलावलपुर गल कर रहे जी? पर शराब दे ठेकियां ते इह गल बिलकुल लागू नहीं हो रही। पंजाब पुलिस दी बिलकुल शहर दे उत्ते इस तरह ठेके खुल रहे ने। ठेके वालिआं दे लगातार हौसले बुलंद और शरेआम शराब बेच रहे ने। इन्हां नूं किसे दा कोई डर नहीं। आ तस्वीरां तुहाडे सामने आ जी। आ जा इधर। आ ठीक 100 मीटर पिछे पुलिस दा नाका लगा होया। पंजाब पुलिस बाकियां दीआं दुकानां बंद करवा रही है, इन्हां नूं धनाड़ां नूं क्यों नहीं नत्थ पा रही? हाँ जी वीरे, अगे आयो। जदों पता अज शनिवार है, अज पूर्ण तौर पर लॉकडाउन है, बंद है। आ तुहाडे सामने तस्वीरां दे विच देख रहे हो, फिलहाल तस्वीरां ब्लर हो के आउणगीआं तुहानूं, कि क्वार्टर परचेज किया मैं बड़े आराम दे नाल मिल गया। हाँ जी वीरे, की कहना चाहोगे? आओ जरा अगे भाई जी। बाकी सारिआं दीआं दुकानां बंद करा के तुहानूं कोई वक्री छोट मिली है? नहीं सर जी। फिर क्यों खोली दुकान? ਨਹਾਉਣ ਵਾਸਤੇ ਗਿਆ ਸੀ ਇੱਕ ਬੰਦਾ ਜੀ। ਨਹੀਂ, ਨਹਾਉਣ ਵਾਸਤੇ ਤਾਂ ਸ਼ਰਾਬ ਵੇਚ ਰਹੇ ਹੋ ਤੁਸੀਂ ਤਾਂ। ਗਲਤੀ 110 ਰੁਪਏ ਦਾ। ਹਾਂਜੀ ਗਲਤੀ ਹੋ ਗਈ ਜੀ। ਨਹੀਂ ਗਲਤੀ ਕਰਦੀ, ਤੁਸੀਂ ਤਾਂ ਸ਼ਰੇਆਮ ਵੇਚ ਰਹੇ ਹੋ ਜਦੋਂ ਮਰਜ਼ੀ। ਆ ਦੇਖੋ ਜੀ ਤੁਹਾਡੇ ਸਾਹਮਣੇ ਤਸਵੀਰਾਂ ਤੁਹਾਡੇ ਸਾਹਮਣੇ ਆ, ਕਹਿੰਦਾ ਗਲਤੀ ਹੋ ਗਈ। ਸਰ ਜੀ ਕੀ ਤੁਹਾਡੇ ਨੁਮਾਇੰਦਿਆਂ ਨੇ ਕਿਹਾ ਹੋਇਆ ਕਿ ਇਸ ਤਰ੍ਹਾਂ ਵੇਚਣੀ ਆ? ਨਹੀਂ ਸਰ ਜੀ। ਫਿਰ ਤੁਸੀਂ ਕਿਉਂ ਵੇਚ ਰਹੇ ਹੋ? ਸਰ ਜੀ ਅਸੀਂ ਨਹਾਉਣ ਲੱਗੇ ਸੀ ਬਾਹਰ ਤੇ, ਇੱਕ ਜਣ ਵਰ ਗਿਆ। ਪਰ ਤੁਸੀਂ ਤਾਂ ਸ਼ਰਾਬ ਵੇਚ ਰਹੇ ਹੋ, ਨਹਾਉਣ ਥੋੜੀ ਲੱਗੇ, ਤੁਸੀਂ ਤਾਂ ਵੇਚ ਰਹੇ ਹੋ। ਮੇਰੇ ਨਾਲ ਤਾਂ ਨਹਾਉਣ ਗਿਆ ਸੀ, ਮੈਨੂੰ ਪਤਾ ਨਹੀਂ। ਸਰ ਮੈਂ ਨਹਾਉਣ ਦੀ ਤਾਂ ਗੱਲ ਹੀ ਨਹੀਂ ਕਰ ਰਿਹਾ, ਨਹਾਓ ਜੋ ਮਰਜ਼ੀ ਕਰੋ, ਪਰ ਤੁਸੀਂ ਤਾਂ ਕੁਆਟਰ ਤੁਹਾਡੇ ਕੋਲ ਬੜੇ ਆਰਾਮ ਨਾਲ ਪਰਚੇਜ਼ ਕਰ ਲਿਆ। ਹਾਂਜੀ ਸਰ ਜੀ। ਕੀ ਕਹਿਣਾ ਚਾਹੋਗੇ? ਗਲਤੀ ਹੋ ਗਈ ਜੀ। ਗਲਤੀ ਸਰ ਜੀ, ਇਹ ਕੋਈ ਗਲਤੀ ਥੋੜੀ ਹੈ। ਗਲਤੀ ਹੋ ਗਈ ਜੀ, ਲੌਕ ਕਰ ਦਿੰਦੇ ਹਾਂ। ਇਹ ਲੌਕ ਕਰ ਦਿੰਦੇ, ਹੁਣ ਤਾਂ ਤੁਸੀਂ ਕਰ ਹੀ ਦਿਓਗੇ। ਹਾਂਜੀ ਗੱਲ ਕਰਦੇ ਹਾਂ ਵੀ ਸਾਰਿਆਂ ਦੀਆਂ ਦੁਕਾਨਾਂ ਪੰਜਾਬ ਸਰਕਾਰ ਨੇ ਬੰਦ ਕਰਾਈਆਂ ਹੋਈਆਂ। ਪੰਜਾਬ ਪੁਲਿਸ ਉੱਥੇ ਜ਼ਬਰਦਸਤੀ ਬੰਦ ਕਰਵਾ ਰਹੀ ਹੈ ਲੋਕਾਂ ਦੀਆਂ ਦੁਕਾਨਾਂ, ਫਿਰ ਤੁਹਾਡੀ ਦੁਕਾਨ ਬੰਦ ਕਰਾਉਣ ਕੀ ਗੱਲ ਹੈ? ਬੰਦ ਹੀ ਹੈ ਜੀ ਸਾਡੀ ਵੀ, ਤਾਂ ਨਹਾਉਣ ਵਾਸਤੇ ਤੁਹਾਨੂੰ ਕਿਹਾ ਸੀ ਕਿ ਨਹਾਉਣ ਵਾਸਤੇ ਗਏ ਜੀ। ਇਹਦਾ ਅਸੀਂ ਹੁਣੇ ਹੀ ਲਾਵਾਂਗੇ ਜੀ ਚੌਂਕੀ ਇੰਚਾਰਜ ਅਲਾਵਲਪੁਰ ਨੂੰ ਫੋਨ, ਅਤੇ ਦੇਖਦੇ ਉਹਨਾਂ ਦਾ ਕੀ ਕਹਿਣਾ। ਸਰ ਜੀ ਪੰਜਾਬ ਪੁਲਿਸ ਨਾਲ ਮਿਲ ਕੇ ਹੋ ਰਿਹਾ? ਮੈਂ ਕਹਿੰਦਾ ਪੰਜਾਬ ਪੁਲਿਸ ਦੀ ਸ਼ਹਿਰ 'ਤੇ ਖੋ ਰਹੇ ਹੋ ਤੁਸੀਂ? ਨਹੀਂ ਸਰ ਜੀ। ਹਾਂਜੀ ਨਹੀਂ ਸਰ ਜੀ। ਫਿਰ ਇੱਦਾਂ ਕਿਉਂ ਕਰ ਰਹੇ ਹੋ? ਤੁਹਾਨੂੰ ਪਤਾ ਨਹੀਂ ਸ਼ਨੀਵਾਰ ਬੰਦ ਹੈ, ਸ਼ਨੀਵਾਰ ਬੰਦ ਦੇ ਆਰਡਰ ਆ ਨਾ? ਹਾਂਜੀ ਸਰ ਜੀ। ਫਿਰ ਕਿਉਂ ਕਮਾਈ ਕਰ ਰਹੇ ਹੋ? ਕਿਹਨਾਂ ਨੇ ਕਿਹਾ ਤੁਹਾਨੂੰ ਖੋਲ੍ਹਣ ਲਈ? ਉਹ ਤਾਂ ਨਹਾਉਣ ਗਿਆ ਸੀ ਤਾਂ ਕਰਕੇ ਅਸੀਂ ਮੜਾ ਖੁੱਲ੍ਹਾ ਸੀ। ਤੁਸੀਂ ਤਾਂ ਬਿਲਕੁਲ ਆ ਤੁਹਾਡੇ ਸਾਹਮਣੇ ਪਰਚੇਜ਼ ਕੀਤੀ ਮੈਂ। ਹਾਂਜੀ ਸਰ ਜੀ। ਫਿਰ ਤੁਸੀਂ ਨਹਾਉਣ ਦੇ ਕਿਉਂ ਕਹਿ ਰਹੇ ਬਾਰ ਬਾਰ? ਜਦ ਕਿ ਤੁਹਾਡੇ ਸਾਹਮਣੇ ਮੈਂ 110 ਰੁਪਏ ਦੇ ਕੇ ਤੁਹਾਡੇ ਕੋਲੋਂ ਵਾਹੇ ਕੀਤਾ। ਗਲਤੀ ਹੋ ਗਈ ਸਰ। ਕਿਉਂ ਕਰ ਰਹੇ ਹੋ? ਪੰਜਾਬ ਸਰਕਾਰ ਦੀਆਂ ਹਦਾਇਤਾਂ, ਸਾਰਾ ਬਾਜ਼ਾਰ ਬੰਦ ਰੱਖਿਆ, ਸਾਰੀਆਂ ਦੁਕਾਨਾਂ ਬੰਦ ਰੱਖੀਆਂ ਹੋਈਆਂ, ਤੁਸੀਂ ਇੱਥੇ ਸ਼ਰੇਆਮ ਸ਼ਰਾਬ ਵੇਚ ਰਹੇ ਹੋ। ਗਾਈਡਲਾਈਨ ਦੀਆਂ ਧੱਜੀਆਂ ਤੁਸੀਂ ਉਡਾ ਰਹੇ ਹੋ। ਕਿਸੇ ਵੀ ਤਰ੍ਹਾਂ ਦੀ ਦੁਕਾਨ ਖੁੱਲ੍ਹੀ ਹੈ ਅਤੇ ਡੰਡੇ ਮਾਰਦੇ ਹੋ, ਤੁਸੀਂ ਬੰਦ ਕਰਾਉਂਦੇ ਹੋ, ਰੇਹੜੀ ਫੜੀ ਵਾਲਿਆਂ 'ਤੇ ਰੋਹ ਪਾਉਂਦੇ ਹੋ, ਕਦੀ ਤੁਸੀਂ ਮਿਰਚਾਂ ਵਾਲੀ ਦੀ, ਕਦੀ ਦਰਜੀ ਦਾ ਚਲਾਨ ਕੱਟੀ ਜਾਂਦੇ ਹੋ, ਪਰ ਇਹਨਾਂ ਦਾ ਚਲਾਨ ਕੌਣ ਕੱਟੇਗਾ? ਚੌਂਕੀ ਇੰਚਾਰਜ ਅਲਾਵਲਪੁਰ ਨੂੰ ਫੋਨ ਲਾ ਰਹੇ ਹਾਂ, ਪਰ ਉਹ ਲਗਾਤਾਰ ਸਾਡਾ ਫੋਨ ਨਹੀਂ ਪਿੱਕ ਕਰ ਰਿਹਾ।
ਆ ਤਸਵੀਰਾਂ ਤੁਹਾਡੇ ਸਾਹਮਣੇ ਅਸੀਂ ਕੁਆਟਰ ਪਰਚੇਜ਼ ਕੀਤਾ ਇਹਨਾਂ ਦੇ ਕੋਲੋਂ। ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਚੌਂਕੀ ਇੰਚਾਰਜ ਲਾਵਲਪੁਰ ਗੱਲ ਕਰ ਰਹੇ ਜੀ? ਹਾਂਜੀ ਹਾਂਜੀ। ਸਰ ਜੀ ਇਹ ਜਿਹੜਾ ਦੌਲਤਪੁਰ ਤੋਂ ਅੱਗੇ ਕਿਸ਼ਨਗੜ੍ਹ ਅਤੇ ਦੌਲਤਪੁਰ ਦੇ ਵਿਚਕਾਰ ਠੇਕਾ ਪੈ ਰਿਹਾ ਉਹ ਆਪਣੇ ਏਰੀਏ 'ਚ ਪੈ ਰਿਹਾ ਜੀ? ਕਿਸ਼ਨਗੜ੍ਹ ਤੋਂ ਪਿੱਛੇ ਦੌਲਤਪੁਰ ਤੋਂ ਅੱਗੇ ਸੱਜੇ ਹੱਥ ਪੱਤਰਕਾਰ ਨੇ ਪਰਚੇਜ ਕਰ ਲਿਆ ਜੀ, ਕੀ ਕਹਿਣਾ ਚਾਹੋਗੇ? ਚਲਾਨ ਕੱਟਦੇ ਹੋ, ਕਈ ਕੁਛ ਕਰਦੇ ਹੋ, ਪਰ ਇਹਨਾਂ ਦਾ ਚਲਾਨ ਕਿਉਂ ਨਹੀਂ ਕੱਟਦੇ ਤੁਸੀਂ? ਕਾਰਵਾਈ ਅਸੀਂ ਤਾਂ ਹੁੰਦੀ ਨਹੀਂ ਦੇਖੀ ਸਰ ਜੀ, ਠੇਕਿਆਂ ਦੇ ਕਾਰਵਾਈ ਕਿਹੜੀ ਕਾਰਵਾਈ ਦੀ ਗੱਲ ਕਰਦੇ ਹੋ ਜੀ? ਕਿੱਥੇ ਹੋਈ ਨੇ, ਕੋਈ ਕੱਟਿਆ ਅੱਜ ਤੱਕ ਚਲਾਨ ਤੁਸੀਂ ਕਿਸੇ ਠੇਕੇ ਵਾਲੇ ਦਾ? ਸਰ ਜੀ ਉਹ ਤੁਸੀਂ ਆਦਮਪੁਰ ਦੀ ਗੱਲ ਕਰਦੇ ਹੋ, ਤੁਹਾਡੇ ਏਰੀਏ ਦੇ ਵਿੱਚ ਬਿਆਸ ਪਿੰਡ ਲਗਾਤਾਰ ਵਿਕ ਰਹੀ ਹੈ, ਇੱਥੇ ਲਗਾਤਾਰ। ਹਾਂਜੀ ਚੌਂਕੀ ਤੁਹਾਡੀ ਹੈ ਸਰ ਜੀ, ਤੁਹਾਡੇ ਇੱਥੇ ਬਿਆਸ ਪਿੰਡ 'ਚ ਸ਼ਰੇਆਮ ਵਿਕੀ ਜਾਂਦੀ ਹੈ, ਦੋਲੀਕਿਆਂ 'ਚ ਸ਼ਰੇਆਮ ਵਿਕੀ ਜਾਂਦੀ ਹੈ, ਲਾਵਲਪੁਰ 'ਚ ਸ਼ਰੇਆਮ ਵਿਕੀ ਜਾਂਦੀ ਹੈ, ਆਹ ਤੁਹਾਡੇ ਇੱਥੇ ਜਿਹੜਾ ਦੌਲਤਪੁਰ ਤੋਂ ਅੱਗੇ ਠੇਕਾ ਆ ਕਿਸ਼ਨਗੜ੍ਹ 'ਤੇ ਉੱਥੇ ਵੀ ਲਗਾਤਾਰ ਵਿਕ ਰਹੀ ਹੈ। ਮੈਂ ਪੱਤਰਕਾਰ ਦੇਸਰਾਜ ਗੱਲ ਕਰ ਰਿਹਾ ਜੀ, ਓਪਨ ਪੰਜਾਬੀ ਚੈਨਲ ਤੋਂ। ਠੀਕ ਹੈ ਜੀ, ਓਕੇ, ਥੈਂਕ ਯੂ। ਇਹ ਤਸਵੀਰਾਂ ਤੁਸੀਂ ਦੇਖੀਆਂ ਜੀ, ਸਭ ਆਪਣੇ ਚੌਂਕੀ ਇੰਚਾਰਜ ਲਾਵਲਪੁਰ ਕਹਿ ਰਹੇ ਨੇ ਕਿ ਬੰਦ ਕਰਵਾ ਦਿੰਦੇ ਹਾਂ, ਪਰ ਤੁਸੀਂ ਦੇਖੋ ਜੀ ਬੜੇ ਆਰਾਮ ਦੇ ਨਾਲ 110 ਰੁਪਏ ਦੇ ਕੇ, ਸਵੇਰ ਦਾ ਟਾਈਮ ਆ, ਟਾਈਮ ਵੀ ਕੋਈ ਖਾਸਾ ਨਹੀਂ ਹੈ, 10:30 ਦਾ ਟਾਈਮ ਆ, ਬੜੇ ਆਰਾਮ ਦੇ ਨਾਲ ਇਹਨਾਂ ਨੂੰ ਅਸੀਂ 110 ਰੁਪਏ ਦਿੱਤੇ ਅਤੇ ਸਾਨੂੰ ਕੁਆਟਰ ਇਹਨਾਂ ਨੇ ਆਰਾਮ ਦੇ ਨਾਲ ਦੇ ਦਿੱਤਾ। ਤਸਵੀਰਾਂ ਤੁਹਾਡੇ ਸਾਹਮਣੇ ਆ, ਪਿਛਲੇ ਠੇਕੇ ਤੋਂ ਬਾਅਦ ਇਹ ਜਿਹੜਾ ਠੇਕਾ ਪੈ ਰਿਹਾ, ਇਹ ਵੀ ਬਿਆਸ ਪਿੰਡ ਦੇ ਠੇਕੇ ਦਾ ਜ਼ਿਕਰ ਕੀਤਾ ਸੀ ਅਸੀਂ, ਇਹ ਵੀ ਤੁਸੀਂ ਦੇਖ ਰਹੇ ਹੋ ਵੀ ਸ਼ਨੀਵਾਰ ਹੈ ਜਿੱਥੇ ਸਾਰੀਆਂ ਦੁਕਾਨਾਂ ਬੰਦ ਨੇ, ਪਰ ਇਹ ਠੇਕੇ ਵਾਲਿਆਂ ਦੇ ਹੌਸਲੇ ਇੰਨੇ ਬੁਲੰਦ ਨੇ, ਪਤਾ ਨਹੀਂ ਇਹਨਾਂ ਨੂੰ ਕੌਣ ਸ਼ਹਿ ਦੇ ਰਿਹਾ ਜਾਂ ਪੰਜਾਬ ਪੁਲਿਸ ਦੀ ਸ਼ਹਿ 'ਤੇ ਖੁੱਲ੍ਹ ਰਹੇ ਨੇ। ਤੁਸੀਂ ਦੇਖ ਰਹੇ ਹੋ ਵੀ ਠੇਕਾ ਹਜੇ ਵੀ ਖੁੱਲ੍ਹਾ ਹੋਇਆ, ਆਹ ਤੁਹਾਡੇ ਸਾਹਮਣੇ ਤਸਵੀਰਾਂ ਨੇ, ਅਤੇ ਚੌਂਕੀ ਇੰਚਾਰਜ ਨਾਲ ਤੁਹਾਡੀ ਜਿਹੜੀ ਹੁਣੇ ਤੁਸੀਂ ਉਹਨਾਂ ਦੀ ਸੁਣੀ ਗੱਲਬਾਤ, ਇਹ ਉਸੇ ਚੌਂਕੀ ਇੰਚਾਰਜ ਦੇ ਅਲਾਵਲਪੁਰ ਚੌਂਕੀ ਇੰਚਾਰਜ ਦੇ ਅਧੀਨ ਪੈਂਦਾ ਠੇਕਾ, ਅਤੇ ਇਹ ਵੀ ਲਗਾਤਾਰ ਖੁੱਲ੍ਹਾ ਹੋਇਆ ਜਿੱਥੇ ਸ਼ਰੇਆਮ ਸ਼ਰਾਬ ਵਿਕ ਰਹੀ ਹੈ, ਅਤੇ ਤਸਵੀਰਾਂ ਤੁਸੀਂ ਲਗਾਤਾਰ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਠੇਕੇ ਲਗਾਤਾਰ ਖੁੱਲ੍ਹੇ ਹੋਏ ਨੇ। ਪਰ ਬਾਕੀ ਕੈਪਟਨ ਸਾਹਿਬ ਨੇ ਫਰਮਾਨ ਜਾਰੀ ਕੀਤਾ ਕਿ ਸ਼ਨੀ ਐਤਵਾਰ ਸਾਰੇ ਲੋਕਾਂ ਨੂੰ ਘਰ ਬਿਠਾਇਆ ਹੋਇਆ, ਪੂਰਨ ਤੌਰ 'ਤੇ ਲੋਕਡਾਊਨ ਹੈ, ਪਰ ਸ਼ਰਾਬ ਦੇ ਠੇਕਿਆਂ 'ਤੇ ਇਹ ਗੱਲ ਬਿਲਕੁਲ ਲਾਗੂ ਨਹੀਂ ਹੋ ਰਹੀ। ਪੰਜਾਬ ਪੁਲਿਸ ਦੀ ਬਿਲਕੁਲ ਸ਼ਹਿ ਦੇ ਉੱਤੇ ਇਸ ਤਰ੍ਹਾਂ ਠੇਕੇ ਖੁੱਲ੍ਹ ਰਹੇ ਨੇ। ਪੰਜਾਬ ਪੁਲਿਸ, ਅਸੀਂ ਤਾਂ ਕਹਾਂਗੇ ਕਿ ਪੰਜਾਬ ਪੁਲਿਸ ਦੀ ਸ਼ਹਿ ਤੋਂ ਬਿਨਾਂ ਹੋ ਹੀ ਨਹੀਂ ਸਕਦਾ, ਜਦ ਬਾਕੀ ਦੁਕਾਨਾਂ 'ਤੇ ਨਕੇਲ ਕੱਸੀ ਜਾ ਰਹੀ ਹੈ, ਲੋਕਾਂ ਨੂੰ ਘਰ ਬਿਠਾਇਆ ਜਾ ਰਿਹਾ, ਲੋਕਾਂ ਦੇ ਚਲਾਨ ਕੱਟੇ ਜਾ ਰਹੇ ਨੇ, ਅਤੇ ਉਸੇ ਹਾਲਾਤ ਤੁਸੀਂ ਇੱਧਰ ਜੇ ਦੇਖਦੇ ਹੋ ਤਾਂ ਠੇਕੇ ਵਾਲਿਆਂ ਦੇ ਲਗਾਤਾਰ ਹੌਸਲੇ ਬੁਲੰਦ, ਔਰ ਸ਼ਰੇਆਮ ਸ਼ਰਾਬ ਵੇਚ ਰਹੇ ਨੇ, ਇਹਨਾਂ ਨੂੰ ਕਿਸੇ ਦਾ ਕੋਈ ਡਰ ਨਹੀਂ। ਜੇ ਪੰਜਾਬ ਪੁਲਿਸ ਦਾ ਇਹਨਾਂ ਨੂੰ ਡਰ ਹੋਵੇ ਤਾਂ ਕਿਉਂ ਠੇਕੇ ਖੁੱਲ੍ਹਣ? ਹਾਂਜੀ ਠੇਕਾ ਤਾਂ ਖੁੱਲ੍ਹਾ ਆ, ਦਾਰੂ ਵਿਕਦੀ ਆ, ਬਾਕੀ ਸਾਰੇ ਲੋਕਾਂ ਨੂੰ ਤੁਹਾਡੇ ਸਾਹਮਣੇ ਘਰ ਬਿਠਾਇਆ ਹੋਇਆ, ਚਲਾਨ ਕੱਟ ਰਹੀ ਆ। ਆਪ ਬੰਦ ਆ ਅਸੀਂ ਕਿਸੇ ਦੇ ਕੰਮ ਕਰਨ ਜਾਣਾ ਆ, ਸਾਨੂੰ ਮਤਲਬ ਜਿਹੜਾ ਟਾਈਮ ਦਿੱਤਾ ਜਾ ਰਿਹਾ ਆ ਉਹ ਟਾਈਮ ਵਿੱਚ ਸਾਡੇ ਤੋਂ ਕੰਮ ਨਹੀਂ ਹੁੰਦਾ, ਹੁਣ 2 ਦਿਨ ਲੋਕਡਾਊਨ ਆ, 2 ਦਿਨ 5 ਵਜੇ ਤੋਂ ਬਾਅਦ ਉੱਦਾਂ ਦੁਕਾਨਾਂ ਬੰਦ ਆ, 7-8 ਵਜੇ ਦਾ ਖੋਲ੍ਹਣ ਦਾ ਟਾਈਮ ਆ, ਮਤਲਬ ਜਿਹੜਾ ਦਿਹਾੜੀਦਾਰ ਬੰਦਾ ਆ ਉਹ ਕਿੱਥੇ ਜਾਏਗਾ, ਇਹਨਾਂ ਦਾ ਤਾਂ ਕੰਮ ਚੱਲ ਰਿਹਾ, ਧੰਦਾ ਬਾਈ ਚੱਲ ਰਿਹਾ। ਦੇਖੋ ਜੀ ਲੋਕ ਆਮ ਨਾਰਾਜ਼ ਹੋਣ ਵੀ ਕਿਉਂ ਨਾ, ਕਿਉਂਕਿ ਠੇਕੇ ਵਾਲਿਆਂ ਨੂੰ ਪੂਰੀ ਸ਼ਹਿ ਦਿੱਤੀ ਹੋਈ ਆ, ਠੇਕੇ ਖੋਲ੍ਹੇ ਹੋਏ ਨੇ, ਜਿਹੜੇ ਸਰਕਾਰ ਦੇ ਆਪਣੇ ਅਦਾਰੇ ਕਹਿ ਲਓ ਬਈ ਕੈਪਟਨ ਸਾਹਿਬ ਇਹ ਤੋਂ ਖੁਸ਼ ਹੁੰਦੇ ਨੇ, ਇਹਨਾਂ ਤੋਂ ਕਮਾਈ ਜ਼ਿਆਦਾ ਕਰਦੇ ਨੇ। ਵੀਰੇ ਕੀ ਕਹਿਣਾ ਚਾਹੋਗੇ, ਜਿਹੜਾ ਲੋਕਡਾਊਨ ਵਾਰ ਵਾਰ ਪੰਜਾਬ ਸਰਕਾਰ ਲਾ ਰਹੀ ਹੈ ਪਰ ਸਹਾਇਤਾ ਕੋਈ ਨਹੀਂ ਦੇ ਰਹੀ, ਕੀ ਕਹਿਣਾ ਚਾਹੋਗੇ? ਫੈਸਿਲਿਟੀ ਤਾਂ ਕੋਈ ਵੀ ਨਹੀਂ ਹੈਗੀ, ਆਹ ਹੁਣ ਕਿਸੇ ਦੇ ਕੰਮ ਕਰਨਾ ਸੀਗਾ, ਅਸੀਂ 5 ਮਿੰਟ ਲਈ ਆਪਣਾ ਛੱਡ ਕੇ ਸਮਾਨ ਕੱਢਿਆ ਬਾਹਰ। ਕੀ ਕੰਮ ਕਰਦੇ ਹੋ ਵੀਰੇ? ਅਸੀਂ ਸਾਡਾ ਬਿਲਡਿੰਗ ਦਾ ਹੈਗਾ। ਠੀਕ ਹੈ, ਬਿਲਡਿੰਗ ਦਾ ਹੈ। ਬਿਲਡਿੰਗ ਦੀਆਂ ਦੁਕਾਨਾਂ ਬੰਦ ਹੈ ਤੁਹਾਡੀਆਂ? ਸਾਰੀਆਂ ਬੰਦ ਹੈ ਭਾਈ। ਕਿਵੇਂ ਚੱਲਦਾ ਗੁਜ਼ਾਰਾ ਸਰ ਜੀ? ਬਹੁਤ ਔਖਾ ਹੋਇਆ ਭਾਈ, ਕੁਛ ਵੀ ਨਹੀਂ ਹੈਗਾ, ਜਲੰਧਰੋਂ ਸਮਾਨ ਨਹੀਂ ਮਿਲ ਰਿਹਾ, ਉਹ ਵੀ ਦੁਕਾਨਾਂ ਬੰਦ ਆ, ਮਤਲਬ ਸਾਡਾ ਔਖਾ ਹੋਇਆ, ਨਾ ਕੋਈ ਫੈਸਿਲਿਟੀ ਆ, ਨਾ ਕੋਈ ਫੈਸਿਲਿਟੀ ਦੇ ਸਰਕਾਰ। ਬਾਕੀ ਜੇ ਮਤਲਬ ਬਾਹਰਲੀਆਂ ਕੰਟਰੀਆਂ ਦੀ ਗੱਲ ਕਰੀਏ ਆਪਾਂ, ਉਸ ਵਿੱਚ ਲੋਕਡਾਊਨ ਚੱਲ ਰਿਹਾ ਤਾਂ ਉਹ ਫੈਸਿਲਿਟੀਆਂ ਵੀ ਦੇ ਰਹੇ ਆ, ਆਪਣੇ ਇੱਥੇ ਕੁਛ ਵੀ ਨਹੀਂ ਹੈਗਾ।